ਈ ਆਕਾਸ਼ਵਾਨੀ ਜਮੂ ਹੈ ਉਨ ਤੁਸ ਅੰਜੂ ਵਾਲਾ ਕੋਲੋਂ ਖਬਰਾਂ ਸੁਨੋ ਉੱਤਰ ਰੇਲਵੇ ਦੇ ਆਲਾ ਅਫਸਰਾਂ ਅੱਜ ਆਖਿਆ ਜੇ 111 ਕਿਲੋਮੀਟਰ ਲੰਮੀ ਕਟੜਾ ਬਨੀਹਾਲ ਰੇਲ ਲਾਈਨ ਦਾ 95% ਕੰਮ ਸੁਬੂਰਾ ਹੋਈ ਚੁੱਕੇ ਦਾ ਹੈ ਉਹਨੇ ਦੱਸਿਆ ਜੇ ਉੱਤਰ ਰੇਲਵੇ ਦੇ ਜਨਰਲ ਮੈਨੇਜਰ ਸ਼ੋਭਨ ਚੋਧਰੀ ਹੋ ਰਹੇ ਕੱਲ ਉਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲਵੇ ਲਾਈਨ ਪਰियोजना ਦੇ ਕਟੜ ਬਨੀਹਾਲ ਹਿੱਸੇ ਪਰ ਚਲਾ ਕਰ ਦੇ ਕੰਮ ਮੇਰਾ ਜਾਇਜ਼ਾ ਲੈਂਦਾ ਹਾ ਹੁੰਦੇ ਕੰਨ ਹੈ ਯੂਐਸਬੀਆਰਐਲ ਯਾਨੀ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਦੇ ਮੁੱਖ ਪ੍ਰਸ਼ਾਸਨਿਕ ਅਫਸਰ ਐਸਪੀ ਮਾਹੀ ਨਿਰਦੇਸ਼ਕ ਆਰਕੇ 헤ਗੜੇ ਤੇ ਹੋਰ ਦੂਏ ਸੀਨੀਅਰ ਅਫਸਰ ਵੀ ਮੌਜੂਦ ਹੈ ਮਾਹੀ ਹੋਰ ਐਂਟੀਮੇਂ ਕੀ ਦੱਸਿਆ ਜੇ ਪ੍ਰਯੋਜਨਾ ਦੇ 272 ਕਿਲੋਮੀਟਰ ਦੇ ਹਿੱਸੇ ਚ 161 ਕਿਲੋਮੀਟਰ ਰੇਲਵੇ ਟਰੈਕ ਪਹਿਲਾ ਗੈਰ ਰੰਬ ਹੋ ਹੀ ਚੁੱਕੇ ਦਾ ਹੈ ਤੇ ਬਾਕੀ ਰੋਂਦੇ 111 ਕਿਲੋਮੀਟਰ ਲੰਮੇ ਕਟੜਾ ਕਟਰ ਬਨੀ ਹਾਲ ਵਾਲੇ ਇਸੇ ਪਰ ਨੇਕਾਂ ਚੁਣੌਤੀਆਂ ਦੇ ਬਾਵਜੂਦ 95% ਦੀ ਕੰਮ ਪੂਰਾ ਕਰ ਦਿੱਤਾ ਗਿਆ ਹੈ ਫਿਰ ਚੌਧਰੀਓ ਨੇ ਕੰਮਾਂ ਦਾ ਵਿਆਪਕ ਤੋਰਾ ਪਰ ਜਾਇਜ਼ਾ ਲੈਂਦੇ ਹੋਈ ਦੁਨੀਆ ਦੇ ਸਭਨੇ ਜਾਂ ਉੱਚੇ ਚਨਾਵ ਰੇਲ ਪੁਲ ਦਾ ਵੀ ਨਿਰੋਖਣ ਕੀਤਾ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਪਰ ਔਨੇ ਵਾਲੇ ਸ਼ਿਪਕਤੇ ਲਈ ਰਸਤੇ ਨੂੰ ਸੁਰੱਖਿਤ ਬਣਾਉਣੇ ਤਾਈਂ ਸੈਨਾ ਡਰੋਨੇ ਨਿਗਰਾਨੀ ਵਾਲੇ ਔਰਨੇ ਉਪਕਰਨੇ ਤੇ ਖੋਜੀ ਕੁੱਤੇ ਕੰਨ ਜੰਮੂ ਸ਼੍ਰੀਨਗਰ ਰਾਸ਼ਟਰੀ ਜਨਰਾਲੀ ਸਿੜਕਾ ਪਰ ਪੂਰੀ ਚੌਕਸੀ ਕੰਨ ਗਸ਼ਤ ਕਰਾ ਕਰਦੀ ਹੈ ਸਰਕਾਰੀ ਸੂਤਰੇ ਪਾਸਿਆਂ ਦੱਸਿਆ ਜੇ ਪਹਿਲੀ ਜੁਲਾਈ ਤੋਂ ਆਰੰਭ ਹੋਈ ਦੀ ਬਾਟੇ ਦਿਨੇ ਦੀ ਤੱਕਰ ਚੱਲਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਦੀ ਯਾਤਰਾ ਕੀ ਅਮਰ ਰਮਾਨਦਾਰੀ ਤੇ ਸੁਚਾਰੂ ਢੰਗ ਐਸੀ ਚਲਾਣੇ ਲਈ ਜਨੈਲੀ ਸੜਕਾਂ ਪਰ ਸੈਨਾ ਪਾਸਿਆਂ ਕੀਤੀ ਜਾ ਕਰਦੀ ਗਸ਼ਤ ਤੇ ਡਰਿਲ ਸੁਰੱਖਿਆ ਤੰਤਰ ਦਾ ਇੱਕ ਅੰਦਰੂਟਾ ਹਿੱਸਾ ਹੈ ਇੱਕ ਸੀਨੀਅਰ ਸੁਰੱਖਿਆ ਅਫਸਰ ਨੇ ਦੱਸਿਆ ਜੇ ਜੰਮੂ ਥਮਾ ਬਣੀ ਹਾਲ ਤੇ ਉਹਦੇ ਸ਼ਾ ਅੱਗੇ ਥੋੜੀ ਤੀਰਥ ਯਾਤਰੀਆਂ ਦੀ ਪਵਿੱਤਰ ਗੁਫਾ ਥੋੜੀ ਬੇਜ਼ੋੜ ਸੁਰੱਖਿਆ ਉਪਲਬਧ ਕਰਵਾਈ ਜਾ ਕਰਦੀ ਹੈ ਉਹਨਾਂ ਦੱਸਿਆ ਹੈ ਜੇ ਇਹ ਗੈਂ ਆਤੰਕੀਆਂ ਪਾਸਿਆਂ ਯਾਤਰੀਆਂ ਦੇ ਕਾਫਿਲੇ ਦੀ ਨਿਸ਼ਾਨਾ ਬਣਾਉਣ ਵਾਲੇ ਕੁਸਾਵੀ ਪਿਹੜੇ ਮਨਸੂਬੇ ਗੀ ناکਾਮ ਬਣਾਉਣ ਲਈ ਪੁੱਟੀ ਗਈ ਹੈ ਉਹਨੇ ਦੱਸਿਆ ਜੇ ਉਤਰੀ ਸੈਨਾ ਕਮਾਂਡਰ ਤੇ ਔਰ ਕਮਾਂਡਰ ਸੁਰੱਖਿਆ ਵਿਵਸਥਾ ਦੀ ਨਿਗਰਾਨੀ ਕਰਨ ਦੇ ਅਲਾਵਾ ਜ਼ਮੀਨੀ ਸਤ੍ਹਾ ਪਰ ਵੀ ਹਾਲਾਤ ਦੀ ਸਮੀਖਿਆ ਕਰ ਦੇਣਾ ਜੰਮੂ ਦੇ ਏਡੀਸੀ ਹਰਵਿੰਦਰ ਸਿੰਘ ਔਰ ਕੱਲ ਸਰਕਾਰੀ ਹਸਪਤਾਲ ਜੰਮੂ ਚ ਰੋਗੀ ਕਲਿਆਣ ਸਮਿਤੀ ਕੰਨ ਲੱਗੀ ਦੀ ਬੈਠਕ ਦੀ ਪ੍ਰਧਾਨਤਾ ਕੀਤੀ ਹਸਪਤਾਲਾ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਵਿਜੇ ਰੈਣਾ ਹੋਰੇ ਐਡੀਸੀ ਤੇ ਹੋਰ ਨੇ ਅਫਸਰਾਂ ਦਾ ਸਵਾਗਤ ਕਰਦੇ ਹੋਈ ਹਸਪਤਾਲਾ ਦੀਆਂ ਉਪਲਬਧੀਆਂ ਤੇ ਕੰਮੇ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ 'ਚ ਨੇਕਾਂ ਪਹਿਲੂਆਂ ਦਾ ਗੱਲਬਾਤ ਕਰਨੇ ਦੇ ਇਲਾਵਾ एजेंडा 'ਤੇ ਰੱਖੇ ਗਏ ਦੇ ਮੁੱਦੇ ਜਿਨ੍ਹਾਂ 'ਚ ਐਮਰਜੈਂਸੀ ਦਵਾਈਆਂ ਦੀ ਖਰੀਦ, ਸਾਲਾਨਾ ਰੱਖ-ਰਖਾਵ, ਬਕਾਇਆ ਪੇਦੀਆਂ ਦੇਣਦਾਰੀਆਂ ਦੀ ਮਨਜ਼ੂਰੀ, ਲੈਬਾਰਟਰੀਆਂ ਲਈ ਸਮਯਾਨ ਦੀ ਖਰੀਦਦਾਰੀ ਤੇ ਉਹਨਾਂ ਦਾ ਰੱਖ-ਰਖਾਵ ਸ਼ਾਮਲ ਹਾ। ਇਹਨਾਂ ਦੇ ਬਾਰੇ ਵਿਸਤਾਰ ਕਰਨੇ ਵਿਚਾਰ-ਵਿਮਰਸ਼ ਕੀਤਾ ਗਿਆ। ਦੇਸ਼ਾਂ ਐਡੀਸੀ ਹੋਰੇ ਹਸਪਤਾਲਾ ਦਾ ਦੌਰਾ ਲਾਇਆ ਤੇ ਮਰੀਜ਼ਾਂ ਕੀ ਦਿੱਤੀ ਜਾ ਕਰਦੀਆਂ ਸਹੂਲਤਾਂ ਦੀ ਸਮੀਖਿਆ ਕੀਤੀ ਮਰੀਜ਼ਾਂ ਕੀ ਬਿਹਤਰੀ ਸਹਿਤ ਸਹੂਲਤਾਂ ਉਪਲਬਧ ਕਰਵਾਉਣੇ ਲਈ ਹਸਪਤਾਲ ਪ੍ਰਸ਼ਾਸਨ ਦੀ ਸراہਨਾ ਕਰਦੇ ਹੋਏ ਐਡੀਸੀ ਹੋਰੇ ਹਸਪਤਾਲ ਕੀ ਲੋਕੇ ਮੁਤਾਬਕ ਬਣਾਉਣੇ ਪਰ ਜ਼ੋਰ ਭਰਿਆ ਉਹਨੇ ਦਿੱਤੀ ਜਾ ਕਰਦੀਆਂ ਸੇਵਾਆਂ ਦਾ ਸતર ਉਬੜਾ ਚੁੱਕਣੇ ਤਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਪਾਸਿਆਂ ਪੂਰੇ ਸਹਿਯੋਗ ਦਾ ਪ੍ਰੋਸਾ ਦੁਆਇਆ ਪੈਟਰੋਲੀਅਮ ਤੇ ਕੁਦਰਤੀ ਗੈਸ ਮਹਿਕਮੇ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਹੋਰੇ ਪੂਰੀ ਹੋ ਰਹੀਆਂ ਕਿਹਾ ਜੇ 20ਵੀਂ ਸਦੀ 에ਥਨੋਲ ਮਿਲੇ ਦਾ ਪੈਟਰੋਲ 2025 ਤੋੜੀ ਸਮੂਲਚੇ ਦੇਸ਼ਾਂ ਚ ਉਪਲਬਧ ਹੋਗ। ਸ਼੍ਰੀ ਪੂਰੀ ਹੋ ਰਹਾ ਭਾਰਤੀ ਮਰਚੰਟ ਚੈਂਬਰ ਦੇ AGM ਦੀ ਵੀਡੀਓ ਕਾਨਫਰੈਂਸਿੰਗ ਰਾਏ ਸੰਬੋਧਿਤ ਕਰਦੇ ਹੋਏ ਆਖਿਆ ਜੇ ਇਹ ਪਹਿਲਾ E20 ਟਕੋਦਾ ਇੰਡਨ ਸਟੇਸ਼ਨ ਇਸ ਬਰ ਐ ਫ फेब्रुवारी ਮਹੀਨੇ ਚ ਖੋਲਿਆ ਗਿਆ ਹਾ। ਜਿਹਦੇ ਮਗਰਾਂ ਇਹ ਗਿੰਤਰੀ ਵਧੀ ਹੈ 600 ਸ਼ਾ ਅੱਗੇ ਵਧੀ ਚੁੱਕੀ ਗਈ ਹੈ ਇਸੇ 40 ਦੇ ਨੇਕਾ ਸਟੇਸ਼ਨ 2025 ਤੱਕ ਕਰਦੇ ਸੈ ਪਰ ਐਚ ਖਾਲੀ ਦਿੱਤੇ ਜਾਣਗਣ ਮੰਤਰੀ ਹੋਰ ਨੇ ਦੱਸਿਆ ਜੇ ਪੈਟਰੋਲ ਚ 에ਥਨ올 ਮਿਸ਼ਰਤ 2013-14 ਚ 38 ਕਰੋੜ ਲੀਟਰ ਸ਼ਾ ਵਧੀ ਹੈ 2021-22 ਚ 433 ਕਰੋੜ ਲੀਟਰ ਹੋ ਹੀ ਗਿਆ ਹੈ ਸ਼੍ਰੀ ਪੂਰੀ ਹੋਰ ਐ ਅੱਗੇ ਦੱਸਿਆ ਜੇ ਜੈਵ ਇੰਦਨ ਵੇਚਨੇ ਵਾਲੇ ਸਟੇਸ਼ਨੇ ਦੀ ਗਿੰਤਰੀ 2016-17 ਚ ਤਕਰੀਬਨ 30000 ਸ਼ਾ ਵੱਧ ਵਧੀਆ 67640 ਸ਼ਾ ਵਾਧੂ ਹੀ ਗਈ ਹੈ ਮੰਤਰੀਓ ਨੇ ਗਲਾਇਆ ਜੇ ਭਾਰਤ ਨੇ ਜੰਦੇ 9 ਬਰੇਂਚ ਹਰ ਖੇਤਰ ਚ ਵਿਕਾਸ ਕੀਤਾ ਹੈ ਪੂਰੇ ਹੀ ਹੋ ਰਹੇ ਆਖਿਆ ਦੇਸ਼ ਇਸ ਲਈ ਚੌਥਾ ਸਬਨੇਸ਼ਾ ਵੱਡਾ ਐਲ ਐਨ ਜੀ ਆਯਾਤ ਕਰਨੇ ਵਾਲਾ ਚੌਥਾ ਸਬਨੇਸ਼ਾ ਵੱਡਾ ਰਿਫਾਇਨਰ ਤੇ ਚੌਥਾ ਗਿਆ ਸਬਨੇਸ਼ਾ ਵੱਡਾ ਆਟੋਮੋਬਾਈਲ ਬਾਜ਼ਾਰ ਬਣੀ ਗਈਦਾ ਹੈ ਭਾਰਤ ਦੇ ਵਿਧੀ ਆਯੋਗ ਨੇ ਸਮਾਨ ਨਾਗਰਿਕ ਸੰਹਿਤਾ ਯਾਨੀ ਯੂਨੀਫਾਰਮ ਸਿਵਲ ਕੋਡ ਦੇ ਸਰਵੰਧਾ ਚ ਫਰਜੀ ਵਰਡਸ ਐ ਮੈਸੇਜ ਕਾਲ ਤੇ ਸੰਦੇਸ਼ ਖਿਲਾਫ ਲੋਕਗੇ ਸੋਇ ਸਤਰਕ ਕੀਤਾ ਹੈ ਇੱਕ ਬਿਆਨ ਚ ਆਯੋਗ ਨੇ ਸਾਫ ਕੀਤਾ ਹੈ ਜੇ ਉਹਦਾ ਇਹਨੇ ਲਿਖਿਤ ਸੰਦੇਸ਼ੇ ਫੋਨ ਕਾਲ ਤੇ ਵਟਸਐਪ ਸੰਦੇਸ਼ੇ ਕਰਨਾ ਕੋਈ ਸਰਵੰਧ ਨਹੀਂ ਹੈ ਆਯੋਗ ਨੇ ਦੱਸਿਆ ਜੇ ਲੋਕਗੇ ਕਿ ਫਰਜੀ ਫੋਨ ਨੰਬਰ ਭੇਜੇ ਜਾ ਕਰ ਦੇ ਜਿਨੇ ਕੀ ਭਾਰਤ ਦੇ ਵਿਧੀ ਆਯੋਗ ਦੇ ਨੰਬਰ ਦੱਸਿਆ ਜਾ ਕਰਦਾ ਹੈ ਆਯੋਗ ਨੇ ਲੋਕਾਂ ਕੀ ਗੁਜ਼ਾਰਿਸ਼ ਕੀਤੀ ਹੈ ਜੇ ਉਹ ਸੋਗੇ ਰੋਣ ਤੇ ਸਟੀਕ ਜਾਣਕਾਰੀ ਲਈ ਸਰਕਾਰੀ ਸੂਤਰੇ 'ਤੇ ਭਰੋਸਾ ਕਰਨ ਸਹੀ ਸੂਚਨਾ ਲਈ ਲੋਕਾਂ 'ਕੀ ਵਿਧੀ ਆਯੋਗ ਦੀ ਅਧਿਕਾਰਿਕ ਵੈੱਬਸਾਈਟ ਦੇਖਣੀ ਦੀ ਗੁਜ਼ਾਰਿਸ਼ ਵੀ ਕੀਤੀ ਗਈ ਹੈ ਇਹ ਦੇ ਕੰਨੇ ਖਬਰਿੰਦਾਈ ਬੁਲੇਟਿਨ ਸਮਾਪਤ ਹੋਆ